ਜੇਕਰ ਸੰਜੇ ਜਿੱਤਦਾ ਤਾਂ ਰੁਪਈਆ 21,000 ਖੇਡ ਪ੍ਰਮੋਟਰ ਸਰਦਾਰ ਸਰਜੀਤ ਸਿੰਘ ਜੀ ਖੰਡੂਪੁਰ ਉਹਨਾਂ ਵੱਲੋਂ ਦਿੱਤਾ ਜਾਣਾ। ਇਹ ਨੋਟ ਕਰੋ, ਜੇਕਰ ਸੰਜੇ ਜਿੱਤਦਾ ਪਰ ਉਹਨਾਂ ਦੇ ਭਾਣਜ ਵੱਲੋਂ ਜਸ਼ਨ ਦੇ ਲਈ ਲੱਗੇ ਹੋਏ ਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਮੇਂ ਦੀਆਂ ਬਾਤਾਂ, ਕੌਣ ਜਾਂਦਾ ਕੌਣ ਹਰਦਾ ਨਹੀਂ। ਉਹ ਰਿਸ਼ਾ ਉੱਧਰ ਪਰਚੀ ਮੇਰੇ ਕੋਲ ਪੁੱਜੀ ਹੈ, ਗੂੰਗਾ ਪਹਿਲਵਾਨ ਤੇ ਰਾਣਾ ਸੰਧਵਾਏ ਮੁੰਡੀ ਵਾਲੀ ਕੁਸ਼ਤੀ, ਜਿਹੜੀ ਪਰਚੀ ਮੇਰੇ ਕੋਲ ਪੁੱਜੀ ਹੈ। ਹਾਂਜੀ, ਇਹ ਨੋਟ ਕਰੋ। ਪੰਮੇ ਨਿੰਦੇ ਜਿੰਦਰ, ਇੱਕ ਪਟਕਾ ਕੱਢੋ ਜਾਂ ਪੱਗ ਲੈ ਲਓ, ਡੰਡਾ ਦਾ ਘੁਮਾਉਣਾ ਸ਼ੁਰੂ ਕਰੋ ਨਾ। ਜੱਸਾ ਪੱਟੀ ਦੇ ਸੰਜੇ ਦਿੱਲੀ ਨੂੰ, ਹਾਂ ਇਹ ਸੋਫੀ ਦਾ ਪਟਕਾ ਬੰਨ ਕੇ ਲੈ ਕੇ ਜਾਓ, ਪਟਕਾ ਸਟੇਜ ਤੋਂ। ਸਰਜੀਤ ਸਿੰਘ ਜੀ ਜੀਕੇ ਖੰਡੂਪੁਰ, ਉਹਨਾਂ ਵੱਲੋਂ ਸੰਜੇ ਪਹਿਲਵਾਨ ਜਿੱਤੇ 21,000, ਅੱਜ ਮਾਮੇ ਭਾਣਜੇ ਨੇ ਸੱਟ ਕਰ ਦਿੱਤੇ ਹੈ ਤੇ 11,000 ਰੁਪਈਆ ਕਹਿੰਦੇ। ਜੇ ਜੱਸਾ ਪੱਟੀ ਜਿੱਤੇ ਤੇ ਸੁਖਿਆ ਘੁਮਾਈ ਜੂਕੇ ਵੱਲ ਦਿੱਤਾ ਜਾਣਾ। ਭਾਈ ਤਾੜੀਆਂ ਤੁੜੀਆਂ ਲਾ ਦੇ, ਤਾੜੀਆਂ ਖਿੱਚ ਕੇ ਮਾਰਨੀਆਂ ਉੱਪਰ। ਆਓ ਇੱਕ ਆ ਲਾਈਵ ਵਾਲੇ ਕੈਮਰੇ ਤੋਂ ਮੇਰੇ ਭਰਾ ਘੁੰਮ ਕੇ ਹੋ ਜਾਓ, ਇੱਕ ਪਾਸੇ ਜੱਸਾ ਪੱਟੀ ਵਾਲਾ ਪਰ ਦੂਸਰੇ ਪਾਸੇ ਸੰਜੇ ਪਹਿਲਵਾਨ ਦਿੱਲੀ ਦੀ ਧਰਤੀ। ਸਮੇਂ ਦੀਆਂ ਬਾਤਾਂ, ਕੌਣ ਜਿੱਤਦਾ ਕੌਣ ਹਰਦਾ, ਕੌਣ ਜਿੱਤਦਾ ਕੌਣ ਹਰਦਾ, ਇਹ ਮੰਨ ਲਿਆ ਜਲਦ ਹੀ ਕੁਸ਼ਤੀ ਦਾ ਨੌਜਵਾਨ ਬਿਰਦਾ। ਮੁੰਬੀ ਵਾਲੀ ਪਹਿਲਵਾਨ ਹੱਥ ਚੋਰੀ ਕਰੋ ਬਾਈ, ਗੂੰਗਾ ਪਹਿਲਵਾਨ ਗੂੰਗਾ ਵਿੱਚ ਬੋਲੇ ਹੱਥ ਚੋਰੀ ਲਈ। ਰਾਣਾ ਪਹਿਲਵਾਨ ਸੰਧਵਾ, ਰਾਣਾ ਪਹਿਲਵਾਨ ਆਓ ਤੇ ਗੂੰਗਾ ਪਹਿਲਵਾਨ ਕਿੱਥੇ ਦਾ ਵੀ ਗੂੰਗਾ ਪਹਿਲਵਾਨ, ਗੂੰਗਾ ਪਹਿਲਵਾਨ ਹੱਥ ਚੋਰੀ ਕਰੋ ਆ ਕੇ। ਹਾਂ ਇਹ ਜਿਹੜੀ ਕਹਿੰਦੇ ਵੀ ਮੁੰਦਰੀ ਵਾਲੀ ਕੁਸ਼ਤੀ ਆ, ਨੋਟ ਕਰੋ ਪਹਿਲਵਾਨ, ਇਹ ਕਲੀਅਰ ਕਰਦਿਆ ਕਰੋ ਜੀ। ਮੁੰਡੀ ਅਲੱਗ ਲੱਗਾ ਜਾਂ ਇੱਕ ਮੁੰਡੀ ਆ ਦੋਵਾਂ ਨੂੰ, ਇਹ ਵੀ ਮਾੜਾ ਲਿਖਦਿਆ ਕਰੋ, ਫਿਰ ਬਾਅਦ 'ਚ ਚੱਕਰ ਪੈਂਦਾ। ਇਹ ਪਲੀਜ਼ ਕਲੀਅਰ ਕਰਦਿਆ ਕਰੋ ਵੀ ਇੱਕ ਮੁੰਡੀ ਦੋਨਾਂ ਨੂੰ ਹੈ ਜਾਂ ਅਲੱਗ ਅਲੱਗ ਮੁੰਡੀਆਂ ਨੇ। ਹੈਲੋ ਜਸੀ ਜੀ, ਉਹਦੇ ਬਲਜਿੰਦਰ ਸਿੰਘ ਜੀ ਆਸਟ੍ਰੇਲੀਆ, ਬਲਜਿੰਦਰ ਸਿੰਘ ਜੀ ਇਟਲੀ, ਸਫਤਰ ਸਾਬਕਾ ਸਰਪੰਚ ਅਮਰੀਕ ਸਿੰਘ ਜੀ ਦੇ ਪਰਿਵਾਰ ਵੱਲੋਂ ਜਿਹੜਾ ਇਸ ਕੁਸ਼ਤੀ ਦੇ ਵਿੱਚ ਜਿੱਤੇਗਾ ਭਗਵਾਨ ਜੱਸੇ ਪੱਟੀ ਤੇ ਸੰਜੇ ਦੀਦੀ ਦੇ ਵਿੱਚ 11,000 ਦਾ ਸਪੈਸ਼ਲ ਇਨਾਮ ਦਿੱਤਾ ਜਾਵੇਗਾ, ਜਿੱਥੇ ਸਾਡੇ ਸਰਦਾਰ ਸਰਜੀਤ ਸਿੰਘ ਜੀ ਖੰਡੂਪੁਰ ਉਹਨਾਂ ਜਿਹੜੇ ਇਹ ਨੋਟ ਕਰੋ ਵੀ ਇਹ ਮੁੰਡੀ ਦੱਸ ਦਿਓ ਪਲੀਜ਼, ਇਹ ਹਰ ਸਾਲ ਚੱਕਰ ਪੈਂਦਾ ਇਸ ਚੀਜ਼ ਦਾ, ਦੱਸ ਦਿਓ ਕਿਉਂਕਿ ਮੈਨੂੰ ਪਹਿਲਾਂ ਆਨਸਰ ਕੁਛ ਹੋਰ ਦੱਸਿਆ ਗਿਆ, ਇਹ ਦੋ ਜਣਿਆਂ ਨੂੰ ਮੁੰਡੀ ਲਿਖੀ ਹੋਈ ਅਲੱਗ ਅਲੱਗ। ਸ਼ਾਨਦਾਰ ਕੁਸ਼ਤੀ ਜੱਸਾ ਪੱਟੀ ਤੇ ਸੰਜੇ ਦਿੱਲੀ ਦੇ ਦਰਮਿਆਨ। ਵਾਹ ਜੀ ਵਾਹ। ਬੋਡੀਆਂ ਸ਼ਿੰਗਾਰੀਆਂ ਕੱਲੇ ਕੱਲੇ ਮਸਲੇ ਬਵਾਹੀ ਇਹੀ ਕਰਦੇ, ਮਿਹਨਤ ਆਏ ਗੱਭਰੂ ਜੀ ਤੋੜ ਕਰਦੇ, ਸ਼ੇਰੇ ਗਹਿਲ ਬਜ਼ਾਰੀ ਪੈਂਦੇ। ਮਿਹਨਤਾਂ ਨੂੰ ਮੂਰ ਆ ਕਿ ਮਿਹਨਤਾਂ ਨਾ ਹੁੰਦੇ ਮਨ ਮਸ਼ਹੂਰ ਆ, ਮਿਹਨਤਾਂ ਨਾ ਹੁੰਦੇ ਮਨ ਮਸ਼ਹੂਰ। ਇੱਕ ਪਾਸੇ ਜੱਸਾ ਦੇ, ਦੂਜੇ ਪਾਸੇ ਸੰਜੇ ਸੰਜੇ, ਕਿ ਮਿਹਨਤ ਨਾ ਹੁੰਦੇ ਮਾਲੋ ਮਸ਼ਹੂਰ ਹੈ। ਸ਼੍ਰੀ ਮਾਂ ਦੀ ਕੁੱਖੋਂ ਜੰਮਿਆ ਬੱਬਰ ਸ਼ੇਰ ਹੀ ਬਣਦਾ ਏ, ਕੋਰੇ ਨਾ
ਲੱਗਦਾ ਫਰ ਹੀ ਚੱਲਦਾ ਏ ਬਾਜਾ ਤਾਂ ਬਾਜ ਜੰਮਦੇ ਨਾ ਕਿ ਬੱਚੇ ਕਮਾਵੇ ਔਰ ਜਿੰਦ ਸਵਾਲਿਆ ਬੇਖੰਡੂ ਪਰ ਕੁਸ਼ਤੀ ਲੜਦੇ ਸਿਰ ਪੁੱਤ ਪੰਜਾਬੜ ਮਾਵਾਂਗੇ ਤਾੜੀ ਮਾਰਦੇ ਕੋਈ ਜੱਸੇ ਪੱਟੀ ਦੇ ਨਾਂ ਤੇ ਤਾੜੀ ਸੁਣ ਕੇ ਮਾਰਦੀ ਹੈ ਸਰ ਜਲਦੀ ਹੁਣ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਵਿਰਸੇ ਤੇ ਮਿਲੀ ਮੱਲੀ ਮੱਲਾ ਦੇ ਘਰਾਣੇ ਦਾ ਲੜ ਲਾਏ ਕੇਲਾ ਯਾਰੋ ਪੱਟੀ ਵਾਲੇ ਭਾਣੇ ਦਾ ਭਾਣੇ ਉੱਤੇ ਜਦੋਂ ਕਹਿੰਦੇ ਗੋਡਾ ਰੱਖਦਾ ਤੋੜ ਦਿੰਦਾ ਗੱਭਰੂ ਫਿਰ ਮੁੱਖ ਮਿੱਤਰੋ ਛਿੰਡੇ ਵਿੱਚ ਸਿਰਾ ਕਰਵਾਈ ਜਾਂਦਾ ਏ ਪੱਟੀ ਵਾਲੇ ਛਿੰਡੇ ਦਾ ਪੁੱਤ ਮਿੱਤਰੋ ਛਿੰਡਿਆਂ ਵਿੱਚ ਸਿਰਾ ਕਰਵਾਈ ਜਾਂਦਾ ਏ ਪੱਟੀ ਵਾਲੇ ਛਿੰਡੇ ਦਾ ਪੁੱਤ ਮਿੱਤਰੋ ਸਿੱਖੀ ਵੀ ਕਾਇਮ ਇਸ ਨੌਜਵਾਨ ਨੇ ਕਹਿੰਦੇ ਸਿੱਖੀ ਸੀਪ ਨੂੰ ਕਾਇਮ ਰੱਖਿਆ ਇਸ ਨੌਜਵਾਨ ਦੀ ਕਹਿੰਦੇ ਸੱਤ ਸਮੁੰਦਰ ਦਾ ਪਾਰ ਕੁਸ਼ਤੀ ਹੋਈ ਉਹਨਾਂ ਨੇ ਤਾੜੀ ਮਾਰਨੇ ਜੋ ਲੈਕਲਰੀ ਐਨ ਖਤਰਨਾਕ ਮੂਲ ਚ ਐਕਸ਼ਨ ਮੂਲ ਦੇ ਵਿੱਚ ਕਿ ਅਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਬਾਈ ਲਾਓ ਇਸ ਸਮੇਂ ਦਿਸ਼ਾ ਉੱਪਰਲੇ ਪਾਸੇ ਪੱਟੀ ਵਾਲਾ ਔਰ ਨਿਚਲੇ ਪਾਸੇ ਪਹਿਲਵਾਨਾ ਸਜੇ ਦਿੱਲੀ ਦੀ ਤਸਵੀਰ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਸੂਰਜ ਵੀ ਅੰਮ੍ਰਿਤ ਸਾਹਿਬ ਧੁੱਪਾ ਜੋੜ ਤੇ ਸਾੜਦੀਆਂ ਤਪਦੀ ਜਿਵੇਂ ਤੰਦੂਰੀ ਰੋਟੀਆਂ ਦੇ ਪਿੰਡੇ ਨੂੰ ਸਾੜਦੀਆਂ ਤੇ ਬਾਗ ਵਿੱਚ ਛੱਡਿਆ ਯਾਰੋ ਨਿਗਰ ਜਾਈਆਂ ਦਾ ਆ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਵਾਹ ਬਾਈ ਦਾ ਨਾਲ ਅਮਿਤ ਪਹਿਲਵਾਨ ਜਲੰਧਰ ਤੇ ਰਫੀ ਪਹਿਲਵਾਨ ਬਲਾਚਾਰ ਏ ਅਗਲੇ ਖੁਸ਼ੀਆਂ ਦੇ ਪਹਿਲਵਾਨ ਤਿਆਰ ਰਹਿਣਗੇ ਸ਼ਾਨਦਾਰ ਸਿਕੰਦਰ ਬਲਾਚਾਰ ਤੇ ਅਭੀ ਪਹਿਲਵਾਨ ਸਿਆਣਾ ਇਹ ਵੀ ਮਨ ਤਿਆਰ ਰਹਿਣਗੇ ਅਗਲੀਆਂ ਕੁਸ਼ਤੀਆਂ ਵਾਲੇ ਸ਼ਾਨਦਾਰ ਕੁਸ਼ਤੀ ਲੜੀ ਆ ਰਹੀ ਹੈ ਤਾੜੀ ਮਾਰ ਦੇ ਜੇ ਕੁਸ਼ਤੀ ਦਾ ਸਵਾਦ ਆਇਆ ਫਿਰ ਇਹ ਵੀ ਕੁਸ਼ਤੀ ਜਿਹੜੀ ਖੰਡੂ ਉੱਪਰ ਦੀ ਝਾਕੀ ਦੇ ਉੱਤੇ ਹਰ ਸਾਲ ਜਿਹੜਾ ਸਾਲਾਨਾ ਸਿੰਘ ਮੇਲਾ ਸਿਰੇ ਦਾ ਖੇਡਿਆ ਜਾਂਦਾ ਹੈ ਇੱਥੇ ਬੁਲਟ ਮੋਟਰਸਾਈਕਲ ਹੈ ਹੈਲੋ 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 ਇਹ ਨੋਟ ਕਰੋ ਜਿਹੜੀਆਂ ਮੁੱਦੀ ਵਾਲੀਆਂ ਕੁਸ਼ਤੀਆਂ ਨੇ ਜੀ ਉੱਪਰ ਵੀ ਸਟੇਜ ਵਾਲੇ ਕੈਸ ਕਮੇਟੀ ਨੋਟ ਕਰੇ ਜਿੱਤਣ ਵਾਲੇ ਪਹਿਲਵਾਨ ਨੂੰ ਮੁੱਦੀ ਆ ਔਰ ਹਾਰਨ ਵਾਲੇ ਪਹਿਲਵਾਨ ਨੂੰ 11,000 ਰੁਪਏ ਜਿਹੜੀਆਂ ਮੁੱਦੀ ਵਾਲੀਆਂ ਕੁਸ਼ਤੀਆਂ ਨੇ ਇਹ ਸਾਰੀ ਕੁਸ਼ਤੀ ਇੱਦਾਂ ਹੋਈਆਂ ਇਹ ਨੋਟ ਕਰੋ ਸ਼ਾਨਦਾਰ ਕੁਸ਼ਤੀ ਜਾਣਾ ਪਿੰਡ ਮੋੜਾਂ ਦਾ ਅਗਲੀ ਕੁਸ਼ਤੀ ਵਾਲੇ ਪਹਿਲਵਾਨ ਅਮਿਤ ਪਹਿਲਵਾਨ ਜਲੰਧਰ ਦੇ ਰਫੀ ਪਹਿਲਵਾਨ ਬਲਾਚੌਰ ਵਿੱਚ ਆ ਜਿਓ ਅਭੀ ਬਲਾਚੌਰ ਅਭੀ ਸਿਆਣਾ ਤੇ ਸਿਕੰਦਰ ਪਹਿਲਵਾਨ ਵਿੱਚ ਅਮਿਤ ਤੜਕੇ